ਸਾਰਿਆਂ ਦਾ ਸਵਾਗਤ ਹੈ ਬੈਕ ਟੂ ਯੂ ਨੋ ਡਿਸਕਸ਼ਨ ਜੋ ਅਸੀਂ ਗੱਲ ਕਰ ਰਹੇ ਸੀ ਔਰ ਵਾਕਈ ਕੋਈ ਕਿਸੇ ਦਾ ਮਜ਼ਾਕ ਨਹੀਂ ਉਡਾ ਰਿਹਾ ਸਾਡਾ ਗੱਲਬਾਤ ਦਾ ਸ਼ੋਅ ਐਂਡ ਹਰਜਾਬ ਜੀ ਜੋ ਕਰਦੇ ਨੇ ਕਿਸੇ ਦਾ ਕੋਈ ਪਰਪਸ ਕੋਈ ਗੋਲ ਨਹੀਂ ਹੈ ਕਿ ਕਿਸੇ ਦਾ ਮੌਕ ਕਰਨਾ ਹੈ ਦ ਓਨਲੀ ਥਿੰਗ ਇਜ਼ ਵੀ ਆਰ ਹੇਅਰ ਟੂ ਐਜੂਕੇਟ ਐਂਡ ਬ੍ਰਿੰਗ ਅਵੇਅਰਨੈਸ ਐਂਡ ਗੱਲ ਸਿਰ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਰਹੇ ਤੁਸੀਂ ਪਹਿਲੇ ਐਕਚੁਅਲੀ ਕਹਿ ਵੀ ਚੁੱਕੇ ਸੀ ਕਿ ਕਲੈਸ਼ ਹੁੰਦਾ ਹੈ ਸਾਡੀ ਕਮਿਊਨਿਟੀ ਦੇ ਵਿੱਚ ਦੇਖੋ ਓਲਡਰ ਜਨਰੇਸ਼ਨ ਜਿਹੜਾ ਹੈ ਔਰ ਨਿਊਅਰ ਜਨਰੇਸ਼ਨ ਦਾ ਕਲੈਸ਼ ਹੁੰਦਾ ਹੈ ਜੀ ਐਂਡ ਦੈਟਸ ਐਨ ਐਗਜ਼ਾਮਪਲ ਰਾਈਟ ਬਿਕੋਜ਼ ਗੱਲ ਕਿ ਤੁਸੀਂ ਯੈਸ ਅਸੀਂ 1890s ਆਏ ਸੀ 1920s ਆਏ ਸੀ ਰਾਈਟ ਸੋ ਉਹ ਗੱਲਾਂ ਮਤਲਬ ਕਿ ਤੁਸੀਂ ਆਏ ਆ ਠੀਕ ਆ ਇਹਦਾ ਮਤਲਬ ਜਿਹੜੇ ਆ ਰਹੇ ਸਿਰਫ ਅਸੀਂ ਕਹਿ ਰਹੇ ਹਾਂ ਕਿ ਜਦੋਂ ਆਉਂਦੇ ਹੋ ਤੇ ਅਬਿਲਿਟੀ ਵਧਾਓ ਆਪਣੀ ਸਕਿੱਲਸ ਵਧਾਓ ਤਾਂ ਕਿ ਤੁਸੀਂ ਬੈਟਰ ਲਾਈਫ ਇੱਥੇ ਬਿਤਾ ਸਕੋ ਦੇਖੋ ਜੀ ਸਰ ਬੰਦਾ ਤਰੱਕੀ ਚਾਹੁੰਦਾ ਐਗਜ਼ੈਕਟ ਲਾਈਫ ਵਿੱਚ ਜੇ ਮੈਂ ਹੁਣ ਇੰਡੀਆ ਫਰਜ਼ ਕਰੋ ਮੈਂ ਫਾਰਮਿੰਗ ਕੀਤੀ ਆ ਜੀ ਤੇ ਜੇ ਮੈਂ ਜਾਂ ਫਿਰ ਕੋਈ ਕਲੀਨਿੰਗ ਕੀਤੀ ਆ ਤਾਂ ਮੈਂ ਇੱਥੇ ਆ ਕੇ ਕਲੀਨਿੰਗ ਕਰਦਾ ਮੇਰੀ ਤਾਂ ਮੈਂ 40 ਸਾਲ ਕਲੀਨਿੰਗ ਕਰ ਲਵਾਂ ਮੇਰੀ ਪ੍ਰੋਗਰੈਸ਼ਨ ਨਹੀਂ ਹੋਈ ਲਾਈਫ ਵਿੱਚ ਰਾਈਟ so this is so how to grow you know we want ki tusi apni apne aap to zyada expect karo growth do cheezan na hundiyan ji experience na ek education na jadon mere teacher mainu kehnde si padh la homework dende si mainu vani change lagde si jadon mera daddy kehnda si main tuhan dassya na ki vakil ban main I used to hate him yeah. I used to think man why you let me be what I want to be right as vele main unna da inna thank you karda teachers da kyunki unna ne apne experience da ta dur di soch ke dekhi ki eh bacche layi ki theek rahega ki nahi ਬੱਚਾ ਆਪਣੇ ਆਪ ਲਈ ਕੀ ਸੋਚੇਗਾ ਜਿਹੜਾ ਇੱਥੇ ਨਵਾਂ ਨਵਾਂ ਆਇਆ ਹੁੰਦਾ ਉਹ ਕੁਝ ਸੋਚ ਕੇ ਥੋੜੀ ਆਇਆ ਹੁੰਦਾ ਤੁਸੀਂ ਪਲੈਨਿੰਗ ਥੋੜੀ ਕਰ ਰਹੇ ਹੋ ਦੂਰ ਦੀ ਜਿਹੜੀ ਗੱਲ ਕਰ ਰਹੇ ਹੋ ਸਾਡੀ ਅਗਲੀਆਂ ਜਨਰੇਸ਼ਨਸ ਹਰਜਾਬ ਜੀ ਕੀ ਸੋਚਣਗੇ ਬਿਕੋਜ਼ ਸਾਡੇ ਡਾਈਵੋਰਸ ਰੇਟ ਔਨ ਪੇਪਰ ਇਜ਼ ਨਥਿੰਗ ਸ਼ਾਇਰਨ ਵੀ ਡਿਸਕਸ ਇਟ ਅਰਲੀਅਰ ਕਿ ਕਿੰਨਾ ਜ਼ਿਆਦਾ ਡਿਵੋਰਸ ਰੇਟ ਸਾਡਾ ਹੋ ਚੁੱਕਾ ਹੈ ਔਨ ਪੇਪਰ ਕਿਉਂਕਿ ਅਸੀਂ ਮੈਰਿਜ ਕਰਾਉਂਦੇ ਹਾਂ ਪੱਕੇ ਹੋਣ ਵਾਸਤੇ ਫਿਰ ਉਹਦੇ ਨਾਲ ਡਿਵੋਰਸ ਕਰ ਲੈਂਦੇ ਹਾਂ ਕਦੀ ਵਾਈਫ ਨਾਲ ਡਿਵੋਰਸ ਕਰਕੇ ਫਿਰ ਕਿਸੇ ਹੋਰ ਨੂੰ ਪੱਕਾ ਕਰ ਰਹੇ ਹਾਂ ਆਲ ਦੈਟ Not only so, that, okay. ਹੁਣ ਅਸੀਂ ਇਹਨੂੰ ਸਮਾਜਿਕ ਜਗ੍ਹਾ 'ਤੇ ਲੈ ਕੇ ਚੱਲੀਏ ਰਾਈਟ ਜੀ ਜੋ ਚੀਜ਼ਾਂ ਗਲਤ ਮੰਨੀਆਂ ਜਾ ਰਹੀਆਂ ਸੀ ਸਾਡੇ ਕਲਚਰ ਵਿੱਚ ਉਹ ਅਸੀਂ ਵੀਜ਼ੇ ਪਰਪਸਲੀ ਕਰ ਰਹੇ ਹਾਂ ਜੀ ਬਿਲਕੁਲ ਮਤਲਬ ਸਪੋਰਟਸ ਵਿੱਚ ਕਬੱਡੀ ਵਿੱਚ ਟੂਰਨਾਮੈਂਟ ਕੈਂਸਲ ਹੁੰਦੇ ਕਿਉਂਕਿ ਇਮੀਗ੍ਰੇਸ਼ਨ ਦਾ ਫਰੋਡ ਹੋ ਰਿਹਾ ਰਾਈਟ ਵੀ ਆਲ ਨੋ ਦੈਟ ਕਿ ਕਿੱਥੇ ਹੋ ਰਿਹਾ ਕਿੱਥੋਂ ਨਹੀਂ 40-40 ਕਿਲੋ ਦੇ ਬੱਚਿਆਂ ਨੂੰ ਕਹਿਦੇ ਕਿ ਇਹ ਤਾਂ ਕਬੱਡੀ ਖੇਡਦੇ ਆ ਉਹ ਸਾਨੂੰ ਪਤਾ ਕਲਾਕਾਰ ਆਉਂਦੇ ਆ ਕਈ ਬੈਂਡ ਮੈਂਬਰ ਬਣਾ ਕੇ ਇੱਥੇ ਛੱਡ ਜਾਂਦੇ ਆ ਰਾਈਟ ਆਹ ਤਾਂ ਮਿਊਜ਼ਿਕ ਤਾਂ ਸਪੋਰਟਸ ਹੋ ਗਿਆ ਗੁਰੂ ਘਰਾਂ ਵਿੱਚ ਸਾਡੇ ਇੰਗਲੈਂਡ ਵਿੱਚ ਪਹਿਲਾਂ ਹੁਣ ਤਾਂ ਬਹੁਤ ਘੱਟ ਕੀਤਾ ਪਹਿਲਾਂ ਲੋਕ ਗਿਆਨੀ ਉਹਨਾਂ ਨੂੰ ਬਣਾ ਕੇ ਬੱਚਿਆਂ ਨੂੰ ਜਾਂ ਕਿੱਦਾਂ ਕਿਸ ਤਰ੍ਹਾਂ ਗਿਆ ਕੇ ਪਾਠ ਕਰਨ ਆਉਣਾ ਜੀ ਇਹਨਾਂ ਨੇ ਉਸ ਟਾਈਮ 'ਤੇ ਉਹ ਇਸ ਹੱਦ ਤੱਕ ਚਲ ਗਿਆ ਜੀ ਕਿ ਲਾਈਸੈਂਸਿੰਗ ਸਿਸਟਮ ਕਰ ਦਿੱਤੀ ਇਹਨਾਂ ਨੇ ਗੁਰੂ ਘਰਾਂ ਨੂੰ ਹੁਣ ਬਿਲਕੁਲ ਮੁਸ਼ਕਿਲ ਕੀਤਾ ਪਿਆ ਕਿ ਸਹੀ ਗਿਆਨੀ ਵੀ ਮੰਗਾਉਣ ਜਾਂ ਰਾਗੀ ਮੰਗਾਉਣ that point is excellent right because jidda england vich ho rya america vich exactly same ho rya right and I know ke viewers feel kar there right ke jis tarah si aa sakde ha assi aa gaye like even je break lo kita ya but the problem with that model is ke jidda jire let's say gurdwara de visas lek ke aunde ha right now if o visa band ho jande ha because jire fir asli hai gaya that want to apply for the visa they're the ones who are punished the genuine seekers always suffer immigration abuse which they are sharing did so right ke the minority always ruin it for the majority that's what so ode nal kehnde na ke ਆਥੇ ਆਟੇ ਨਾਲ ਪਰੇਥਣ ਵਾਲੀ ਗੱਲ ਹੋ ਜਾਂਦੀ ਸੋ ਉਹ ਸਾਰੇ ਵਿਚਾਰੇ ਜਿਹੜੇ ਸਹੀ ਆ ਉਹ ਵੀ ਟਾਈਟ ਕੀਤੇ ਜਾਂਦੇ ਹੁਣ ਤੁਸੀਂ ਸਮਾਜਿਕ ਤੌਰ 'ਤੇ ਮੈਂ ਹੋਰ ਗੱਲ ਕਹਿੰਦਾ ਹਾਂ ਕਿੱਥੇ ਸਾਡੇ ਸਮਾਜ ਵਿੱਚ ਲਿਖਿਆ ਕਿ ਹਾਂ ਚਾਚੇ ਦੀ ਕੁੜੀਆਂ ਜਾਂ ਮਾਸੀ ਦੀ ਕੁੜੀਆਂ ਨੂੰ ਵਿਆਹ ਕੇ ਸਪਾਊਸ ਵੀਜ਼ੇ 'ਤੇ ਲਾ ਕੇ ਕੈਨੇਡਾ ਲੈ ਕੇ ਆਓ ਆ ਬੱਟਾ ਸੱਟਾ ਜੋ ਹੋ ਰਿਹਾ ਆ ਤੂੰ ਮੇਰਾ ਬ੍ਰਦਰ ਇਨ ਲੋ ਮੈਂ ਤੇਰਾ ਬ੍ਰਦਰ ਇਨ ਲੋ ਹੁਣ ਜਿਹੜੇ ਦੇਖ ਰਹੇ ਜਿਹਨਾਂ ਨੇ ਕੀਤਾ ਉਹਨਾਂ ਨੂੰ ਤਾਂ ਮਾੜੀ ਲੱਗਣੀ ਗੱਲ ਪਰ ਤੁਸੀਂ ਮੈਨੂੰ ਦੱਸ ਦਿਓ ਕਿ ਇਹ ਸਹੀ ਗੱਲ ਆ ਜਾਂ ਨਹੀਂ ਕਿਤੇ ਵੀ ਆ ਗੁਰੂਆਂ ਨੇ ਆਹ ਕੁਛ ਤਾਂ ਨਹੀਂ ਸਿਖਾਇਆ ਤੁਹਾਨੂੰ ਗੱਲ ਗੁਰੂਆਂ ਦੀ ਹੋਈ ਆ ਕਿਤੇ ਗੁਰੂਆਂ ਜੀ ਨੇ ਆਹ ਤਾਂ ਨਹੀਂ ਦਸਵੇਂ ਪਾਤਸ਼ਾਹ ਜੀ ਕਹਿ ਗਏ ਕਿ ਆਹ ਕੰਮ ਕਰੋ ਜੀ ਕਿ ਉੱਦਾਂ ਨਾ ਕਰੋ ਪਰ ਵੀਜ਼ਾ ਲਾਉਣ ਲਈ ਜੋ ਮਰਜ਼ੀ ਕਰ ਲਓ ਰਾਈਟ ਵੀਜ਼ੇ ਦਾ ਡੈਫੀਨੇਸ਼ਨ ਮੈਂ ਕੀ ਰੱਖਿਆ VISA ਵੇਚ ਦਿੰਦਾ ਇਨਸਾਨ ਸਭ ਕੁਛ ਆਪਣਾ ਜ਼ਮੀਰ ਇੱਜ਼ਤ ਅਸੂਲ ਪ੍ਰਿੰਸੀਪਲ ਧਰਮ ਸਭ ਕੁਛ ਬਦਲ ਜਾਂਦਾ ਧਰਮ ਉਸ ਵੇਲੇ ਨਹੀਂ ਚੇਤਾ ਰਹਿੰਦਾ ਜਦੋਂ ਅਸੀਂ ਆਊਟ ਆਫ ਰਿਲੀਜਨ ਮੈਰੀ ਕਰਦੇ ਵੀਜ਼ੇ ਲਈ ਇਟਸ ਐਕਸੈਪਟੇਬਲ ਰਾਈਟ ਕੋਈ ਦਿਸ ਸਰਪ੍ਰਾਈਜ਼ਿੰਗ ਪਾਰਟ ਇਸ ਨੋਬਡੀ ਕੈਨ ਐਕਸੈਪਟ ਆਫ ਅਸ ਐਕਸੈਪਟੇਬਲ ਕਰ ਲਿਆ ਕਿ ਹਾਂ ਚਲ ਹੋ ਚਲ ਵੀਜ਼ਾ ਤਾਂ ਲੱਗ ਗਿਆ ਭਾਈ ਵੀਜ਼ਾ ਤਾਂ ਲੱਗ ਗਿਆ ਚਲ ਹੋ ਪਰੇ ਹਾਂ ਸੋ ਦਿਸ ਇਜ਼ ਤੁਸੀਂ ਬੱਚਿਆਂ ਨੂੰ ਕੀ ਮੈਸੇਜ ਭੇਜ ਰਹੇ ਹੋ ਰਾਈਟ ਰਾਈਟ ਤੁਸੀਂ ਬੱਚਿਆਂ ਨੂੰ ਇਹੀ ਦੱਸ ਰਹੇ ਕਿ ਵੀਜ਼ੇ ਲਈ ਸਭ ਕੁਝ ਐਕਸੈਪਟੇਬਲ ਹੈ
ਉਦਾਂ ਉਹਨਾਂ ਨੂੰ ਪ੍ਰੀਚ ਕਰੀ ਜਾਣਾ ਕਿ ਨਹੀਂ ਸਾਡਾ ਰਿਲੀਜਨ ਇਹ ਆ, ਸਾਡਾ ਪੰਜਾਬ ਇਹ ਆ, ਇਹ ਸਾਡਾ ਕਲਚਰ ਇਹ ਆ, ਰਾਈਟ? ਬਟ ਐਕਚੁਅਲੀ ਵੀ ਨੀਡ ਟੂ ਲੁੱਕ ਐਟ ਹਾਊ ਵੀ ਪੁੱਟ ਦੈਟ ਇਨਟੂ ਪ੍ਰੈਕਟਿਸ। ਪੰਜਾਬ ਜੀ, ਇਹਦੇ 'ਚ ਵੀ ਮੈਨੂੰ ਲੱਗਦਾ ਥੋੜ੍ਹਾ ਜਿਹਾ ਜਿਹੜਾ ਮੇਲ ਡੋਮੀਨੇਟਿੰਗ ਸਾਡਾ ਕਲਚਰ ਹੈਗਾ ਨਾ ਪੰਜਾਬੀਆਂ ਦਾ, ਕਿਉਂਕਿ ਜ਼ਿਆਦਾਤਰ ਮੈਨੂੰ ਜਿਹੜੇ ਵਿਮੈਨ ਮਿਲਦੇ ਆ, ਲੇਡੀਜ਼ ਮਿਲਦੀਆਂ, ਉਹ ਕਹਿੰਦੀਆਂ ਉਹ ਕਹਿੰਦੇ ਨੇ ਤਾਂ ਕਰਨਾ ਹੀ ਪੈਣਾ, ਹੁਣ ਮੇਰੇ ਨਾਲ ਡਿਵੋਰਸ ਕਰ ਰਹੇ ਆ, ਫਲਾਣੇ ਨੂੰ ਵਿਆਹ ਕਰਕੇ ਲੈ ਕੇ ਆਉਣਗੇ। ਸੋ ਸ਼ੀ ਦੇ ਜਸਟ ਡੋਂਟ ਹੈਵ ਐਨੀ ਸੇ। ਸਾਡੇ ਇੰਗਲੈਂਡ ਵਿੱਚ ਵੀ ਜੇ ਤਾਂ ਕਈ ਤਾਂ ਚੌਥੇ ਚੌਥੇ ਵਿਆਹ ਤੇ ਆ, ਸਾਡੇ ਤਾਂ ਤਿੰਨ ਜਨਰੇਸ਼ਨਾਂ 'ਚ ਨਹੀਂ ਇੰਨੇ ਵਿਆਹ ਹੋਏ ਜਿੰਨੇ ਲੋਕਾਂ ਨੇ ਇੱਥੇ 10 ਸਾਲਾਂ 'ਚ ਕਰ ਲਏ। ਸੋ ਐਂਡ ਇਟਸ ਜਸਟ ਅ ਪੀਸ ਆਫ ਪੇਪਰ, ਪੀਸ ਆਫ ਮੈਰਿਜ, ਯਾਨੀ ਫਰੋਡ ਇਜ਼ ਸੀਮਡ ਐਜ਼ ਐਕਸੈਪਟੇਬਲ, ਰਾਈਟ? ਐਂਡ ਦੈਨ ਦੈਟ ਰੂਇਨਸ ਇਟ ਫਾਰ ਦ ਜੈਨੂਇਨ ਪੀਪਲ। ਹੈਂਸ ਸਾਡਾ ਜੋ ਮੈਰਿਜ ਵੀਜ਼ੇ ਹੁੰਦੇ ਸੀ, ਇੱਕ ਸਾਲ ਦਾ ਪੀਰੀਅਡ ਹੁੰਦਾ ਸੀ, ਫਿਰ 2 ਦਾ ਕੀਤਾ, ਹੁਣ 5 ਦਾ ਕੀਤਾ, ਹੁਣ ਇਹਦਾ ਮਤਲਬ ਇਹੀ ਹੋਊਗਾ ਹਾਂ 10 ਦਾ ਹੋਊ। Right, so this is what happens, right? Let me take a couple of minutes. I'm sure they, you know, other viewers agree with us. Hello? Yes, ma'am. Haji, Satrikal. Kaun bol rahe ho ji? Ma'am, main Gurdeep Singh Grewal bol rahe ho, California to. Dasso ji. Main Rajav ji unhan nu gal karni si ji, bade acche patrakar ne, main question karna si. Haan ji. Mera question hai abhi, jehde sade bacche ਇੰਡੀਆ ਤੋਂ ਯੂਕੇ ਪੜ੍ਹ ਲੈ ਆਉਂਦੇ ਆ ਲੜਕੇ ਜਾਂ ਲੜਕੀਆਂ ਜੀ, ਉਹਨਾਂ ਦਾ ਇਸ ਵੇਲੇ ਪ੍ਰੈਜੈਂਟ ਕੀ ਹਾਲ ਆ? ਪਿੱਛੇ ਜਿਹੇ ਨੇ ਇੱਕ ਯੂਟਿਊਬ ਤੇ ਪਹਿਲਾਂ ਦੇਖਿਆ ਸੀ, ਉਹ ਮੈਂ ਬਿਆਨ ਨਹੀਂ ਕਰਨਾ ਚਾਹੁੰਦਾ। ਹਾਂਜੀ, ਵੀ ਐਟ ਪ੍ਰੈਜੈਂਟ ਵਾਟ ਇਜ਼ ਗੋਇੰਗ ਆਨ? ਭਾਈ, ਐਟ ਪ੍ਰੈਜੈਂਟ ਹਾਲਾਤ ਇੰਨੇ ਅੱਛੇ ਨਹੀਂ ਆ, ਜਿਹੜੇ ਜਿਨ੍ਹਾਂ ਦੇ ਲਾਈਫ ਬਹੁਤ ਬੱਤਰ ਸੀਗੀ ਉਹ ਤਾਂ ਕੁਛ ਵਾਪਸ ਚਲ ਗਏ, ਬਾਕੀ ਹੁਣ ਇਹ 'ਚ ਪੱਕੇ ਹੋਣ ਦੀ ਆਸ ਵਿੱਚ ਇਹ ਬੈਠੇ, ਕਈਆਂ ਨੇ ਵਿਆਹ ਕੀਤੇ ਹੋ ਆ, ਕਈ ਹੁਣ ਜਿਹੜੇ ਲੇਬਰ ਵਾਲੀ ਜੋਬਸ ਉਹ ਕਰਦੇ ਆ, ਕਿਉਂਕਿ ਇੰਗਲੈਂਡ ਵਿੱਚ ਬੜਾ ਟਫ ਕਰਤਾ ਇਹਨਾਂ ਨੇ, ਬਿਨਾਂ ਆਈਡੀ ਤੋਂ ਤੁਸੀਂ ਕੰਮ ਨਹੀਂ ਕਰ ਸਕਦੇ, ਤੁਸੀਂ ਈਵਨ ਘਰ ਕਿਰਾਏ 'ਤੇ ਵੀ ਨਹੀਂ ਲੈ ਸਕਦੇ ਜੇ ਤੁਹਾਡੇ ਕੋਲ ਆਈਡੀ ਹੈਗੀ, ਆਈਡੀ ਹੈ ਨਹੀਂ ਜਾਂ ਤੁਹਾਡੇ ਕੋਲ ਵੀਜ਼ਾ ਹੈ ਨਹੀਂ। ਸੋ ਇਹ ਚੀਜ਼ਾਂ ਦੇ ਚੈੱਕਸ ਬਹੁਤ ਹੋ ਰਹੇ ਆ, ਤਾਂ ਸਟੂਡੈਂਟ ਵਾਲੀ ਹਾਲਾਤ ਇੰਨੇ ਬਾਲੇ ਅੱਛੇ ਨਹੀਂ ਹੈਗੇ ਕੁਛ। ਹਾਂ, ਜਿਹੜੀ ਗੱਲ ਦੀ ਤੁਸੀਂ ਜ਼ਿਕਰ ਕਰ ਰਹੇ ਹਾਂ, ਉਹ 2009 'ਚ 10 'ਚ ਜਦੋਂ ਆਏ ਸੀਗੇ ਸਟੂਡੈਂਟ ਪਹਿਲਾਂ, ਉਹ ਕੰਮ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਸੀਗਾ, ਹੁਣ ਥੋੜ੍ਹੇ ਉਹ ਕੰਮ ਅੰਡਰਗਰਾਊਂਡ ਹੋ ਗਿਆ, ਬਿਲਕੁਲ ਖਤਮ ਨਹੀਂ ਹੋਇਆ ਬਟ ਅੰਡਰਗਰਾਊਂਡ ਹੋ ਗਿਆ, ਔਰ ਹਾਲਾਤ ਲੋਕਾਂ ਨੇ ਸਮਝ ਗਏ ਕਿ ਲੋਕ ਹੁਣ ਕਿ ਸ਼ਾਇਦ ਅਸੀਂ ਇਕੱਲੀ ਕੁੜੀਆਂ ਨੂੰ ਨਾ ਭੇਜੀਏ ਬਾਹਰ। ਥੈਂਕ ਯੂ ਸੋ ਮਚ ਵੀ ਜੀ, ਤੋਂ ਖੁੱਲ ਕੇ ਗੱਲ ਕਰਦੇ ਆ, ਦੇ ਆਰ ਟਾਕਿੰਗ ਅਬਾਊਟ ਪ੍ਰੋਸਟੀਟਿਊਸ਼ਨ। ਦੇ ਟੂ ਮੈਂ ਪ੍ਰੋਸਟੀਟਿਊਸ਼ਨ, ਹਾਂਜੀ ਹਾਂਜੀ, ਯੂ ਨੋ ਪ੍ਰੋਸਟੀਟਿਊਸ਼ਨ, ਜਦੋਂ ਸਾਡੇ ਬੱਚੀਆਂ ਪਹਿਲਾਂ ਆਈਆਂ ਸਟੂਡੈਂਟ ਵੀਜ਼ੇ ਤੇ, ਹਾਂਜੀ, ਕਾਲਜ ਨਕਲੀ ਸੀਗੇ, ਕਾਲਜ ਬੰਦ ਕਰਤੇ ਜੀ, ਪੈਸੇ 14-15 lakh ਲਾ ਕੇ ਆਈਆਂ ਸੀਗੀਆਂ, ਤਾਂ ਉਹਨਾਂ ਨੂੰ ਕੋਈ ਹੋਰ ਜਗ੍ਹਾ ਦੀਦੀ ਨਹੀਂ ਸੀ, ਕੋਈ ਸਕਿੱਲ ਨਹੀਂ ਸੀ, ਰਾਈਟ? ਗੱਲ ਹੁਣ ਉੱਥੇ ਹੀ ਆ ਗਈ, ਕੋਈ ਐਜੂਕੇਸ਼ਨ ਨਹੀਂ, ਕੋਈ ਸਕਿੱਲ ਨਹੀਂ, ਤਾਂ ਫਿਰ ਦੇ ਵਰ ਇਸ ਚੀਜ਼ਾਂ ਦੀ ਟ੍ਰੈਪ ਬਣ ਗਏ, ਆ ਪ੍ਰੋਸਟੀਟਿਊਸ਼ਨ ਦੇ ਐਂਡ ਪ੍ਰੈਸ਼ਰ ਫਰਮ ਬੈਕ ਪ੍ਰੈਸ਼ਰ। ਇਹ ਮੈਂ ਤੁਹਾਨੂੰ ਗੱਲ ਦੱਸਦਾ, ਇੰਨੀ ਪ੍ਰੈਸ਼ਰ ਪਿੱਛੇ ਵਾਲੇ ਤਾਂ ਕਹਿੰਦੇ ਸੀ ਕਿ ਜੀ ਤੂੰ ਮੁੜ ਕੇ ਨਾ ਆਈ, ਜਿੱਦਾਂ ਮਰਜ਼ੀ ਜਿੰਨਾ ਮਰਜ਼ੀ ਨਾਲ ਵਿਆਹ ਹੋ ਕੇ ਸੈੱਟ ਹੋਈ, ਹਲੇ ਤੇਰਾ ਭਰਾ ਵੀ ਪਿਆ, ਉਹਨੂੰ ਵੀ ਨਗਾਉਣਾ, ਫਿਰ ਬਾਅਦ 'ਚ ਅਸੀਂ ਵੀ ਲੰਘਣਾ। ਅਸੀਂ ਉਸ ਸਮਾਜ ਦੀ ਗੱਲ ਕਰ ਰਹੇ ਹਾਂ ਜਿਹੜੇ ਕਹਿੰਦੇ ਸੀ ਅਸੀਂ ਕੁੜੀ ਦੇ ਘਰ ਦਾ ਪਾਣੀ ਵੀ ਨਹੀਂ ਪੀਣਾ ਗਲਾਸ, ਇੱਥੇ ਤਾਂ ਖੂਹ ਹੀ ਖਾਲੀ ਕਰਨ ਡੇ ਹੋ। ਸੋ ਮਤਲਬ ਮੈਂਟੈਲਿਟੀ ਹੋ, ਰਿਐਲਿਟੀ, ਲੈਟਸ ਟਾਕ ਅਬਾਊਟ ਰਿਐਲਿਟੀ। ਰਿਐਲਿਟੀ ਇਹ ਆ, and in now, because I always say that USA and Canada are 10 years behind the UK when it comes to immigration law. So you have a problem and we'll have that same. Horn Canada vich vi ohi problem hon aa rahi hai, YouTube te videos aa rahi hai ke ji ladke ladki edda chal rahe hai, eh theek nahi chal rahe, ha eh sade 10 saal pehla ho chuka hai. So je tusi dekhna ke itthe 10 saal ki hona na, sade dekh lo ke hon ki ho reha, that's exactly ohi 10 years ba honda hai. Let's see hor ki keh rahe ne. Hello, hello, haan ji, satrikal. ਜਿੰਨੀ ਦੇਰ ਧਿਆਨ ਆਉਂਦਾ ਇਹਨਾਂ ਨੂੰ ਕਿ ਇਹਨਾਂ ਦਾ ਫੋਨ ਮਿਲ ਗਿਆ। We were talking about, there's so much to talk about. So let me take a short break and come back. And meanwhile, we'll just hold this line.